ਸੀਸੀਟੀਵੀ ਵੀਡੀਓ ਦੇ ਵਿੱਚ ਜੋ ਨਕਾਬਪੋਸ਼ ਨਜ਼ਰ ਆ ਰਹੇ ਨੇ ਇਹਨਾਂ ਦੇ ਵੱਲੋਂ ਇੱਕ ਤਾਂ ਸਕੂਲ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਤੋੜ ਦਿੱਤੇ ਜਾਂਦੇ ਨੇ ਤੇ ਫਿਰ ਸਕੂਲ ਦੇ ਨਾਲ ਲੱਗਦੇ ਪਲਾਟ ਦੀ ਕੰਧ ਢਾ ਦਿੱਤੀ ਜਾਂਦੀ ਹੈ। ਜਿਸ ਤੋਂ ਬਾਅਦ ਸਕੂਲ ਦੇ ਅਧਿਕਾਰੀਆਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ, ਪਰ ਇੱਥੇ ਇਲਜ਼ਾਮ ਲੱਗ ਰਹੇ ਨੇ ਕਿ ਪੁਲਿਸ ਦੇ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ, ਬਲਕਿ ਪੁਲਿਸ ਅਧਿਕਾਰੀ ਬਜਾਏ ਇਹਨਾਂ ਬਦਮਾਸ਼ਾਂ ਨੂੰ ਫੜਨ ਦੇ ਇਸ ਪਲਾਟ ਦੀ ਮਾਲਕੀ ਦੀ ਗੱਲ ਕਰ ਰਹੇ ਨੇ। ਦਰਅਸਲ ਇਸ ਸਕੂਲ ਦੇ ਨਾਲ ਲੱਗਦੇ ਖਾਲੀ ਪਲਾਟ ਨੂੰ ਲੈ ਕੇ ਦੋ ਧਿਰਾਂ ਦੇ ਵਿਚਾਲੇ ਵਿਵਾਦ ਚੱਲ ਰਿਹਾ ਹੈ। ਦੋਨੋਂ ਹੀ ਆਪਣੋ ਆਪਣਾ ਕਬਜ਼ਾ ਇਸ ਪਲਾਟ ਤੇ ਦੱਸ ਰਹੀਆਂ ਨੇ। ਹਾਲਾਂਕਿ ਇਸ ਪਲਾਟ ਨੂੰ ਲੈ ਕੇ ਅਦਾਲਤ ਦੇ ਵਿੱਚ ਮਾਮਲਾ ਵੀ ਦਰਜ ਹੋਇਆ ਸੀ, ਜਿਸ ਨੂੰ ਲੈ ਕੇ ਸੁਣਵਾਈ ਹੋਈ ਤੇ ਸਟੇ ਆਰਡਰ ਵੀ ਮਿਲ ਚੁੱਕਿਆ ਹੈ। ਹੁਣ ਜਿਸ ਧਿਰ ਨੂੰ ਸਟੇ ਆਰਡਰ ਮਿਲਿਆ ਹੋਇਆ ਹੈ, ਉਹਨਾਂ ਦੇ ਇਲਜ਼ਾਮ ਨੇ ਕਿ ਦੂਜੀ ਧਿਰ ਦੇ ਵੱਲੋਂ ਜ਼ਬਰਦਸਤੀ ਇਸ ਪਲਾਟ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਵੀ ਕਈ ਵਾਰ ਇਸ ਪਲਾਟ ਦੀ ਕੰਧ ਢਾਈ ਗਈ ਹੈ ਤੇ ਹਰ ਵਾਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਪਰ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਹੁਣ ਤਾਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆ ਗਈਆਂ ਨੇ, ਜਿਸ ਵਿੱਚ ਟਰੈਕਟਰ ਤੇ ਸਵਾਰ ਹੋ ਕੇ ਇਹ ਤਿੰਨ ਨਕਾਬਪੋਸ਼ ਆਉਂਦੇ ਨੇ। ਪਹਿਲਾਂ ਤਾਂ ਸਕੂਲ ਦੇ ਬਾਹਰ ਕੰਧਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਹੱਥ ਪਾਉਂਦੇ ਨੇ, ਪਲਾਸ ਦੇ ਨਾਲ ਉਸ ਦੀਆਂ ਤਾਰਾਂ ਕੱਟ ਦਿੰਦੇ ਨੇ ਤੇ ਕੈਮਰੇ ਉਤਾਰ ਕੇ ਆਪਣੇ ਨਾਲ ਲੈ ਜਾਂਦੇ ਨੇ। ਉਧਰ ਹੀ ਸਕੂਲ ਦੇ ਨਾਲ ਲੱਗਦੇ ਪਲਾਟ ਦੀ ਕੰਧ ਵੀ ਢਾ ਦਿੰਦੇ ਨੇ। ਸਕੂਲ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਪੁਲਿਸ ਨੂੰ ਕਈ ਵਾਰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ, ਪਰ ਕੋਈ ਵੀ ਕਾਰਵਾਈ ਨਹੀਂ ਹੁੰਦੀ ਹੈ। ਇਸ ਵਾਰ ਵੀ ਪੁਲਿਸ ਦੇ ਵੱਲੋਂ ਬਜਾਏ ਕਾਰਵਾਈ ਕਰਨ ਦੇ ਉਲਟਾ ਮਾਲਕੀ ਦੀ ਗੱਲ ਕੀਤੀ ਜਾ ਰਹੀ ਹੈ। ਮਾਮਲਾ ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਬਾਬਾ ਬੁੱਢਾ ਜੀ ਐਵਨਿਊ ਦਾ ਹੈ, ਜਿੱਥੇ ਇੱਕ ਨਿੱਜੀ ਸਕੂਲ ਹੈ ਤੇ ਨਿੱਜੀ ਸਕੂਲ ਦੇ ਨਾਲ ਹੀ ਇਹ ਪਲਾਟ ਹੈ, ਜਿਸ ਦੀ ਮਾਲਕੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵਿਵਾਦ ਚੱਲ ਰਿਹਾ ਹੈ। ਮਾਮਲਾ ਅਦਾਲਤ ਤੱਕ ਪਹੁੰਚਿਆ ਹੋਇਆ ਤੇ ਸਟੇ ਆਰਡਰ ਵੀ ਮਿਲ ਚੁੱਕਿਆ ਹੈ, ਪਰ ਫਿਰ ਵੀ ਇੱਥੇ ਜ਼ਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਲਜ਼ਾਮ ਦੂਜੀ ਧਿਰ ਤੇ ਲੱਗ ਰਹੇ ਨੇ। ਪਹਿਲਾਂ ਤਾਂ ਤੁਸੀਂ ਇਸ ਸਕੂਲ ਦੇ ਚੇਅਰਮੈਨ ਤੋਂ ਸੁਣੋ ਕਿ ਆਖਿਰ ਇਹ ਮਾਮਲਾ ਕੀ ਹੈ। 28 ਤਰੀਕ ਦੀ ਰਾਤ ਨੂੰ ਤਕਰੀਬਨ 1:40 ਤੇ ਕੁਛ ਵਿਅਕਤੀ ਆਏ ਆ, ਉਹਨਾਂ ਦੇ ਨਾਲ ਸਕੂਟਰੀ ਤੇ ਇੱਕ ਲੇਡੀ ਵੀ ਆਈ ਹੈ ਜਿਹੜੀ ਉੱਥੋਂ ਲੰਘਦੀ ਨਜ਼ਰ ਆਈ ਹੈ, ਜਿਹੜੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਫੋਟੋਆਂ। ਉਹਨਾਂ ਨੇ ਰਾਤ ਨੂੰ 1:40 ਦੇ ਸਭ ਤੋਂ ਪਹਿਲਾਂ ਆਣ ਕੇ ਮੇਰੇ ਸਕੂਲ ਦੇ ਕੈਮਰੇ ਭੰਨੇ, ਮੇਰੇ ਸਕੂਲ ਦੇ ਕੈਮਰੇ ਚੋਰੀ ਕੀਤੇ, ਭੰਨ ਤੋੜ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਤਾਰਾਂ ਕੱਟੀਆਂ। ਉਸ ਤੋਂ ਬਾਅਦ ਉਹਨਾਂ ਨੇ ਇਸ ਸਕੂਲ ਦੇ ਨਾਲ ਦੀ ਜਿਹੜੀ ਪਲਾਟ ਆ, ਜਿਹੜਾ ਕਿ ਮੈਡਮ ਸੁਮਨ ਸ਼ਰਮਾ ਦੇ ਨਾਂ 'ਤੇ ਰਜਿਸਟਰਡ ਹੈ, ਉਹਦੀ ਕੰਧ ਤੋੜੀ। ਕੰਧ ਤੋੜਨ ਤੋਂ ਬਾਅਦ ਅੰਦਰ ਉਹਦੇ ਐਂਟਰ ਹੋਏ ਆ, ਉਹਦੇ ਵਿੱਚ ਚੌਂਕੀਦਾਰ ਰਹਿ ਰਿਹਾ, ਪਰਿਵਾਰ ਰਹਿ ਰਿਹਾ ਹੈ, ਅਤੇ ਉਹਨਾਂ ਨੂੰ ਜਾਨੋ ਮਾਰ ਦੀਆਂ ਧਮਕੀਆਂ ਦਿੱਤੀਆਂ। ਉਸ ਤੋਂ ਬਾਅਦ ਉਹ ਜਿਹੜੇ ਆ ਭੱਜ ਗਏ ਆ। ਤੋੜ ਭੰਨ ਕਰਨ ਦਾ, ਧਮਕੀਆਂ ਦੇਣ ਦਾ ਕਾਰਨ ਕੀ ਸਮਝੋ, ਕੀ ਗੱਲ ਹੈ? ਕਾਰਨ ਇਹ ਵੀ ਇਹ ਜਿਹੜਾ ਪਲਾਟ ਅਸੀਂ 2015 ਦਾ ਪਰਚੇਸ ਕੀਤਾ ਹੋਇਆ ਮਮਤਾ ਕੋਲ, ਅਤੇ ਚੌਥੀ ਥਾਂ 'ਤੇ ਜਿਹੜਾ ਪਲਾਟ ਸਾਡੇ ਕੋਲ ਆਇਆ, ਕਲੋਨੀ ਇੱਥੇ ਬਣੀ ਹੈ 2002 ਦੀ, ਅਤੇ ਪਲਾਟਾਂ ਦੀ ਅੱਗੇ ਸੇਲ 2005 'ਚ ਹੋਈ ਆ, ਅਤੇ ਅਸੀਂ ਪਲਾਟ ਜਿਹੜਾ ਚੌਥੀ ਜਗ੍ਹਾ 'ਤੇ ਲਿਆ। ਅੱਜ 20 ਸਾਲਾਂ ਬਾਅਦ ਲੇਡੀ ਇੱਕ ਉੱਠ ਕੇ ਆਣ ਕੇ ਜਿਹੜੀ ਪੁਰਾਣੇ ਜ਼ਮੀਨਾਂ ਦੀ ਮਾਲਕ ਹੋਊਗੀ, ਉਹਦੇ ਕੋਲ ਰਾਵਾਂ ਦੇ ਵਿੱਚ 16 ਮਰਲੇ ਬੋਲਦੇ ਆ, ਉਹ ਜਬਰੀ ਜਿਹੜਾ ਸਾਡੇ ਪਲਾਟ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ, ਜਿਹੜਾ ਕਿ ਗੈਰ ਕਾਨੂੰਨੀ ਹੈ। ਇਸ ਸੰਬੰਧੀ ਅਸੀਂ ਮਾਨਯੋਗ ਅਦਾਲਤ ਵਿੱਚ ਕੇਸ ਦਾਇਰ ਕੀਤਾ, ਸਾਰੇ ਪਰੂਫ ਐਵੀਡੈਂਸ ਆਪਣੇ ਵਿਖਾਏ, ਅਤੇ ਮਾਨਯੋਗ ਅਦਾਲਤ ਨੇ ਸਾਡੇ ਪਰੂਫ ਸਾਰੇ ਵਹਿੰਦੇ ਹੋਏ ਵੈਰੀਫਾਈ ਕਰਕੇ ਸਾਡੇ ਹੱਕ 'ਚ ਸਟੇ ਆਰਡਰ ਜਾਰੀ ਕਰਤਾ ਹੈ। ਅਤੇ ਉਹ ਜਿਹੜੇ ਆ ਜਨਾਨੀ ਆ, ਉਹ ਕਹਿੰਦੀ ਆ ਵੀ ਮੈਂ ਨਾ ਕੋਰਟ ਨੂੰ ਮੰਨਦੀ ਹਾਂ, ਨਾ ਮੈਂ ਸਟੇ ਆਰਡਰਾਂ ਨੂੰ ਮੰਨਦੀ ਹਾਂ। ਇਹਨੇ ਪਹਿਲਾਂ ਵੀ ਇਹ ਕੰਧ ਢਾਈ ਸੀ ਇੱਕ ਵਾਰੀ, ਉਦੋਂ ਵੀ ਇੱਥੇ ਪਰਚਾ ਦਰਜ ਹੋਇਆ ਸੀ, ਉਸ ਤੋਂ ਬਾਅਦ ਇਹਨੇ ਫਿਰ ਕੰਧ ਢਾਈ, ਇੱਥੇ ਕੰਟੈਂਪਟ ਆਫ ਕੋਰਟ ਵੀ ਚੱਲਦੀ ਪਈ ਹੈ। ਹੁਣ ਫਿਰ ਅੱਜ 28 ਤਰੀਕ ਨੂੰ
ਇਹਨੇ ਫਿਰ ਦੁਬਾਰਾ ਕੰਧ ਢਾਈ ਹੈ। ਅਸੀਂ ਬਹੁਤ ਸਾਰੀਆਂ ਐਪਲੀਕੇਸ਼ਨਾਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀਆਂ, ਪਰ ਅਜੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦੋਸ਼ੀਆਂ ਨੂੰ ਸ਼ੈਲਟਰ ਦੇ ਕੇ ਉਹਨਾਂ ਨੂੰ ਬਚਾਇਆ ਜਾ ਰਿਹਾ, ਅਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਜਿਹੜੇ ਮੇਰੇ ਸਕੂਲ ਦੇ ਕੈਮਰੇ ਤੋੜੇ ਆ, ਭੰਨ ਤੋੜ ਕੀਤੀ ਆ, ਚੌਂਕੀਦਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਉਹ 'ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ, ਅਤੇ SHO ਜਿਹੜਾ ਆ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਰਲਿਆ ਹੈ। ਸਕੂਲ ਦੇ ਚੇਅਰਮੈਨ ਦੇ ਮੁਤਾਬਿਕ ਇਹ ਦੂਜੀ ਧਿਰ ਦੇ ਵੱਲੋਂ ਜ਼ਬਰੀ ਇੱਥੇ ਪਲਾਟ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੱਡੀ ਗੱਲ ਇਹ ਹੈ ਕਿ ਜਦੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਪੁਲਿਸ ਤੇ ਵੀ ਇਲਜ਼ਾਮ ਲੱਗੇ ਨੇ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ ਹੈ। ਇੱਥੇ ਜਦੋਂ 5-6 ਪੱਤਰਕਾਰ ਦੇ ਵੱਲੋਂ ਵੀ ਪੁਲਿਸ ਤੋਂ ਪੁੱਛਿਆ ਜਾਂਦਾ ਹੈ ਕਿ ਆਖਿਰ ਇਹ ਮਾਮਲਾ ਕੀ ਹੈ, ਤਾਂ ਪੁਲਿਸ ਅਧਿਕਾਰੀ ਬਜਾਏ CCTV ਦੀ ਗੱਲ ਕਰਨ ਦੇ, ਬਜਾਏ ਕੈਮਰੇ ਤੋੜਨ ਦੇ, ਕੰਧ ਢਾਉਣ ਦੀ ਗੱਲ ਕਰਨ ਦੇ, ਇੱਥੇ ਪਲਾਟ ਦੀ ਮਾਲਕੀ ਦੀ ਤਸਦੀਕ ਦੀ ਗੱਲ ਆਖ ਰਹੇ ਨੇ। ਤੁਸੀਂ ਆਪ ਹੀ ਸੁਣ ਲਓ। ਇੱਥੇ ਇਸ ਜਗ੍ਹਾ ਦੇ ਉੱਤੇ ਇੱਕ ਪਲਾਟ ਦਾ ਪੁਰਾਣਾ ਵਿਵਾਦ ਆ ਜੋ ਚੱਲ ਰਿਹਾ, ਪਿਛਲੇ ਸਮੇਂ ਤੋਂ ਚੱਲ ਰਿਹਾ ਜੀ। ਦੋਵੇਂ ਧਿਰਾਂ ਜਿਹੜੀਆਂ ਵਾ ਨਾ, ਆਪੋ ਆਪਣਾ ਦਾਅਵਾ ਪੇਸ਼ ਕਰ ਰਹੀਆਂ। ਦੋਵੇਂ ਧਿਰਾਂ ਇਹ ਦਾਅਵਾ ਪੇਸ਼ ਕਰਦੀਆਂ ਕਿ ਇਹ ਜਿਹੜਾ ਪਲਾਟ ਹੈ ਮੇਰਾ ਵਾ। ਇੱਕ ਧਿਰ ਦਾਅਵਾ ਕਰਦੀ ਆ ਕਿ ਇਹ ਪਲਾਟ ਮੇਰਾ। ਇੱਕ ਧਿਰ ਦੀ ਮਾਲਕੀ ਮੁਤਾਬਕ ਜਮ੍ਹਾਂਬੰਦੀ 16 ਮਰਲੇ ਆ ਰਹੀ ਹੈ, ਇੱਕ ਧਿਰ ਦੀ ਮਾਲਕੀ ਮੁਤਾਬਕ ਜਮ੍ਹਾਂਬੰਦੀ 7 ਮਰਲੇ ਆ ਰਹੀ ਹੈ। ਇਹ ਪਲਾਟ ਆ, ਇਹ ਇੱਕ ਧਿਰ 583 ਦੇ ਉਹਦਾ ਮਾਲਕ ਹੈ, ਦੂਸਰੀ ਧਿਰ ਵੀ 583 ਦੀ ਮਾਲਕ ਹੈ 7 ਮਰਲੇ ਜਗ੍ਹਾ ਦੀ ਮੁਤਾਬਕ ਰਿਕਾਰਡ। ਹੁਣ ਇਹ ਜਿਹੜਾ ਵਿਵਾਦ ਆ ਪਲਾਟ ਦਾ ਪੁਰਾਣਾ ਚੱਲ ਰਿਹਾ, ਕਿਹੜੇ ਕਿਹੜੇ ਖਸਰੇ ਦੇ ਵਿੱਚ ਇਹ ਪਲਾਟ ਹੈ ਉਹ ਕਲੀਅਰ ਕਰਨਾ ਜ਼ਰੂਰੀ ਆ, ਜਿਹਦੇ ਵਾਸਤੇ ਨਿਸ਼ਾਨਦੇਹੀ ਕਰਵਾਉਣੀ ਜ਼ਰੂਰੀ ਆ। ਇਹਨਾਂ ਨੂੰ ਇਹੋ ਹੀ ਅਸੀਂ ਮੌਕੇ 'ਤੇ ਆ ਕੇ DSP ਸਾਹਿਬ ਨੇ ਵੀ ਕਿਹਾ ਕਿ ਆਪਾਂ ਇਹਦੀ ਨਿਸ਼ਾਨਦੇਹੀ ਕਰਵਾ ਕੇ ਜਿਹੜੇ ਵੀ ਬੰਦੇ ਨੇ ਜਿਹਦਾ ਵੀ ਪਲਾਟ ਹੋਇਆ ਉਹ ਜਿਹਨੇ ਵੀ ਉਹ ਪਲਾਟ ਆਇਆ ਉਹਦੇ ਖਿਲਾਫ਼ ਕਾਰਵਾਈ ਕੀਤੀ ਗਈ। ਫਿਲਹਾਲ ਮਾਲਕੀ ਤਸਦੀਕ ਕਰਨੀ ਜਿਹੜੀ ਉਹ ਬਕਾਇਆ, ਇਹ ਮਾਲਕੀ ਕਿਹਦੀ ਹੈ। ਹੁਣ ਇੱਥੇ ਸਕੂਲ ਦੇ ਚੇਅਰਮੈਨ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਪੁਲਿਸ ਇਹਨਾਂ ਬਦਮਾਸ਼ਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ।